ਸਤਿ ਸ਼੍ਰੀ ਅਕਾਲ ਪੀਐਨਸੀੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਇਸ ਸਮੇਂ ਮੈਂ ਤੁਹਾਨੂੰ ਅਜਿਹੇ ਹਾਦਸੇ ਦੇ ਬਾਰੇ ਜਾਣਕਾਰੀ ਦੇਣ ਜਾ ਰਹੀ ਹਾਂ ਜਿਸ ਨੂੰ ਕੈਨੇਡਾ ਕਦੀ ਵੀ ਨਹੀਂ ਪੁਲਿਸ ਕਰਦਾ ਅਪ੍ਰੈਲ 6 ਸਾਲ 2018 ਦਾ ਦਿਨ ਸੀ ਜਦੋਂ ਸਸਕਾ ਤੂਨ ਦੇ ਵਿੱਚ ਇੱਕ ਅਜੀਹਾ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ 16 ਮੌਤਾਂ ਹੋਈਆਂ ਤੇ 13 ਜ਼ਖਮੀ ਹੋਏ ਤੇ ਜਿਸ ਬੱਸ ਦੇ ਨਾਲੇ ਹਾਦਸਾ ਵਾਪਰਿਆ ਸੀ ਉਸ ਦੇ ਵਿੱਚ ਜਿਨ੍ਹਾਂ ਦੀ ਮੌਤਾਂ ਵੀ ਹੋਈਆਂ ਜ਼ਖਮੀ ਵੀ ਹੋਏ ਉਹ ਖਿਡਾਰੀ ਸਨ ਖਿਡਾਰੀਆਂ ਨਾਲ ਭਰੀ ਬੱਸ ਜਾ ਰਹੀ ਸੀ ਜਿਸ ਦੇ ਨਾਲ ਟਰੱਕ ਦੀ ਟੱਕਰ ਹੋਈ ਤੇ ਉਸ ਟਰੱਕ ਨੂੰ ਜੋ ਚਲਾ ਰਿਹਾ ਸੀ ਜਸਕੀਰਤ ਸਿੰਘ ਸਿੱਧੂ ਉਸ ਦੇ ਉੱਤੇ 29 ਮਾਮਲੇ ਦਰਜ ਹੋਏ ਸਨ ਜਿਸ ਤੋਂ ਬਾਅਦ ਉਸ ਨੂੰ 8 ਸਾਲ ਦੇ ਲਈ ਜੇਲ੍ਹ ਦੀ ਸਜ਼ਾ ਹੋਈ 29 ਹੀ ਮਾਮਲਿਆਂ ਵਿੱਚ ਉਸ ਨੂੰ ਦੋਸ਼ੀ ਪਾਇਆ ਗਿਆ ਤੇ ਹੁਣ ਉਸਤੇ ਵਕੀਲ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਦੋਂ ਜਸਕਿਰਤ ਸਿੰਘ ਸਿੱਧੂ ਆਪਣੀ ਸਜ਼ਾ ਪੂਰੀ ਕਰ ਲੈਂਦਾ ਹੈ ਤਾਂ ਉਸ ਤੋਂ ਬਾਅਦ ਉਹ ਕੈਨੇਡਾ ਵਿੱਚ ਆਪਣੇ ਪਰਿਵਾਰ ਦੇ ਨਾਲ ਆਮ ਤਰ੍ਹਾਂ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਉਸ ਨੂੰ ਡਿਪੋਰਟ ਨਾ ਕੀਤਾ ਜਾਵੇ ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਜੇਕਰ ਕਿਸੇ ਕੋਲ ਪਰਮਨੈਂਟ ਰੈਜ਼ਿਡੈਂਸੀ ਹੁੰਦੀ ਹੈ ਤੇ ਸਰਾਂ ਨੂੰ ਕੋਈ ਗੰਭੀਰ ਜੁਰਮ ਕਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਸਜ਼ਾ ਹੁੰਦੀ ਹੈ ਤੇ ਸਜ਼ਾ ਪੂਰੀ ਕੀਤੇ ਜਾਣ ਤੋਂ ਬਾਅਦ ਉਸ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਵੀ ਪਹਿਲਾਂ ਤੋਂ ਹੀ ਕਿਹਾ ਜਾ ਰਿਹਾ ਹਸੀ ਜਦੋਂ ਜਸਕਿਰਤ ਸਿੰਘ ਸਿੱਧੂ ਦੇ ਵਾਸਤੇ ਸਜ਼ਾ ਦਾ ਐਲਾਨ ਕੀਤਾ ਗਿਆ ਕਿ 8 ਸਾਲ ਦੇ ਲਈ ਜੋ ਸਜ਼ਾ ਐਲਾਨੀ ਗਈ ਹੈ ਉਸ ਸਜ਼ਾ ਨੂੰ ਪੂਰੀ ਕਰਨ ਤੋਂ ਬਾਅਦ ਜਸਕਿਰਤ ਸਿੰਘ ਸਿੱਧੂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਇਹ ਜ਼ਿਕਰਯੋਗ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਸੀ ਉਸ ਤੋਂ ਕੁਝ ਮਹੀਨੇ ਪਹਿਲਾਂ ਹੀ ਜਸਕਿਰਦ ਸਿੰਘ ਸਿੱਧੂ ਦਾ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਹੁਣ ਉਸ ਸਮੇਂ ਵਕੀਲ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਅੱਗੇ ਆਪਣੇ ਜੋ ਪਰਿਵਾਰ ਦੇ ਨਾਲ ਆਮ ਜਿਹੀ ਤਰ੍ਹਾਂ ਜ਼ਿੰਦਗੀ ਜੂਰਨਾ ਚਾਹੁੰਦਾ ਹੈ ਕਿਉਂਕਿ ਜੋ ਉਸਨੇ ਜ਼ੁਰਮ ਕੀਤਾ ਉਸ ਦੇ ਵਾਸਤੇ ਉਹ ਬੇहद ਬੁਰਾ ਵੀ ਮਹਿਸੂਸ ਕਰਦਾ ਹੈ ਤੇ ਉਸ ਲਈ ਉਸਨੇ ਮਾਫੀਆਂ ਵੀ ਮੰਗੀਆਂ ਨੇ ਤੇ ਉਸ ਨੂੰ ਅਹਿਸਾਸ ਹੈ ਕਿ ਉਸ ਤੋਂ ਗਲਤੀ ਹੋਈ ਹੈ ਤੇ ਨਾਲ ਹੀ ਇੱਥੇ ਵੀ ਜ਼ਿਕਰ ਕੀਤਾ ਗਿਆ ਹੈ ਕਿ ਉਹ ਪੜਿਆ ਲਿਖਿਆ ਹੈ ਤੇ ਉਹ ਅੰਗਰੇਜ਼ੀ ਵੀ ਵਧੀਆ ਬੋਲ ਲੈਂਦਾ ਹੈ ਤੇ ਉਹ ਕੈਨੇਡਾ ਦੇ ਵਿੱਚ ਰਹਿਣ ਦੇ ਲਾਇਕ ਹੈ ਅੱਗੇ ਜਾ ਕੇ ਤੇ ਆਪਣੇ ਪਰਿਵਾਰ ਦੇ ਨਾਲ ਆਮ ਦੀ ਤਰ੍ਹਾਂ ਜ਼ਿੰਦਗੀ ਜਿਉਣਾ ਚਾਹੁੰਦਾ ਜਿਸ ਨੂੰ ਡਿਪੋਰਟ ਨਾ ਕੀਤਾ ਜਾਵੇ ਇਸ ਅਪੀਲ ਦੇ ਉੱਤੇ ਅੱਗੇ ਕਿਸਦਾ ਜਵਾਬ ਤਾਂ ਨਹੀਂ ਹਜੇ ਆਇਆ ਪਰ ਇਸ ਅਪੀਲ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਵੀ ਜ਼ਰੂਰ ਖੜੇ ਹੋਏ ਨੇ ਇਸ ਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੂੰ ਇਹ ਅਪੀਲ ਕੀਤੀ ਗਈ ਹੈ ਜਿਸ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਜੋ ਕੈਨੇਡਾ ਦੇ ਕਿਉਂਕਿ ਬਾਰਡਰ ਸਰਵਿਸਿਜ਼ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਡੈਪੂਟੇਸ਼ਨ ਆਰਡਰ ਦਿੱਤੇ ਜਾਂਦੇ ਨੇ ਕਿ ਉਹਨਾਂ ਦੇ ਵੱਲੋਂ ਅਗੇ ਕੀ ਕਿਹਾ ਜਾਂਦਾ ਕਿਉਂਕਿ ਜਦੋਂ ਵੀ ਕਿਤੇ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਤਾਂ ਉਸ ਦੇ ਵਿੱਚ ਰਿਪੋਰਟ ਕਰ ਹੀ ਦਿੱਤਾ ਜਾਂਦਾ ਹੈ ਵਿਅਕਤੀਆਂ ਨੂੰ ਤੇ ਹੁਣ ਇਸ ਦੇ ਵਿੱਚ ਵੀ ਇਹ ਮੰਨਿਆ ਜਾ ਰਿਹਾ ਸੀ ਕਿ ਜਸਕਿਰਤ ਸਿੰਘ ਸਿੱਧੂ ਨੂੰ ਵੀ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਪੋਰਟ ਕਰ ਦਿੱਤਾ ਜਾਵੇਗਾ ਪਰ ਉਸ ਦਾ ਪਰਿਵਾਰ ਇਸ ਮੌਕੇ ਚਾਹੁੰਦਾ ਹੈ ਕਿ ਸਜ਼ਾ ਪੂਰੀ ਕੀਤੀ ਜਾਣ ਤੋਂ ਬਾਅਦ ਉਹ ਆਮ ਤਰ੍ਹਾਂ ਕੈਨੇਡਾ ਦੇ ਵਿੱਚ ਹੀ ਜ਼ਿੰਦਗੀ ਜੀਉਣ ਪਰ ਕੁਝ ਟੀਵੀ ਚੈਨਲਸ ਦੇ ਵੱਲੋਂ ਸਮੂਹ ਕੇ ਇੰਟਰਵਿਊਸ ਪਾਈਆਂ ਗਈਆਂ ਨੇ ਉਹਨਾਂ ਮਾਪਿਆਂ ਦੀਆਂ ਜਿਨ੍ਹਾਂ ਦੇ ਬੱਚੇ ਸਰਾਹ ਸਖਮੀ ਹੋਏ ਜਾਂ ਫਿਰ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਖੋਦ ਦਿੱਤਾ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਦੇ ਵੱਲੋਂ ਇਸ ਮੌਕੇ ਇਹ ਕਿਹਾ ਗਿਆ ਕਿ ਜਸਕੀਰਤ ਸਿੰਘ ਸਿੱਧੂ ਨੂੰ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਦੇ ਵਿੱਚ ਹੀ ਆਮ ਤਰ੍ਹਾਂ ਜ਼ਿੰਦਗੀ ਅੱਗੇ ਨਹੀਂ ਮਿਲਣੀ ਚਾਹੀਦੀ ਜਿਸ ਤੋਂ ਬਾਅਦ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਸਜ਼ਾ ਪੂਰੀ ਕੀਤੇ ਜਾਣ ਤੋਂ ਬਾਅਦ ਉਸ ਨੂੰ ਡਿਪੋਰਟ ਕਰ ਦਿੱਤਾ ਜਾਣਾ ਚਾਹੀਦਾ ਹੈ ਜ਼ਿਆਦਾਤਰ ਦੇ ਵੱਲੋਂ ਅਜਿਹੇ ਹੀ ਬਿਆਨ ਸਾਹਮਣੇ ਆਏ ਨੇ ਕਿਉਂਕਿ ਕਈ ਖਿਡਾਰੀ ਇਸ ਦੇ ਵਿੱਚ ਅਜਿਹੇ ਵੀ ਸਨ ਜਿਹੜੇ ਜ਼ਖਮੀ ਤਾਂ ਹੋਏ ਪਰ ਹੁਣ ਉਹ ਕਦੀ ਵੀ ਖੇਡ ਨਹੀਂ ਸਕਦੇ ਕਿਉਂਕਿ ਉਹ ਹਮੇਸ਼ਾ ਦੇ ਵਾਸਤੇ ਉਹਨਾਂ ਦੇ ਸਰੀਰ ਦੇ ਉੱਤੇ ਅਜਿਹਾ ਪ੍ਰਭਾਵ ਪੈ ਗਿਆ ਕਿ ਜਾਂ ਤਾਂ ਉਹ ਅਪਾਹਜ ਹੋ ਗਏ ਨੇ ਜਾਂ ਫਿਰ ਉਹ ਮਾਨਸਿਕ ਤੌਰ ਦੇ ਉੱਤੇ ਨੇ ਜ਼ਿਆਦਾ ਤਣਾਅ ਦੇ ਵਿੱਚ ਆ ਗਏ ਨੇ ਕਿ ਉਹ ਅੱਗੇ ਉਸ ਤਰ੍ਹਾਂ ਨਹੀਂ ਖੇਡ ਸਕਦੇ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਸੁਪਨੇ ਸਜਾਏ ਸੀ ਤੇ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਵੀ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੇ ਉਸ ਸੁਪਨੇ ਨੂੰ ਪੂਰਾ ਕਰਨ ਦੇ ਵਾਸਤੇ ਕੰਮ ਕਰ ਰਹੇ ਸਨ ਪਰ ਮਾਨਸਿਕ ਤੌਰ ਦੇ ਉੱਤੇ ਵੀ ਨੌਜਵਾਨਾਂ 'ਤੇ ਅਜਿਹਾ ਪ੍ਰਭਾਵ ਪਿਆ ਇਸ ਹਾਦਸੇ ਤੋਂ ਬਾਅਦ ਇਸ ਦੇ ਵਿੱਚੋਂ ਉੱਭਰਨਾ ਉਹਨਾਂ ਦੇ ਲਈ ਬਿਹਤ ਮੁਸ਼ਕਲ ਹੈ ਤੇ ਜੋ 13 ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚ ਜਿਹੜੇ ਜ਼ਖਮੀ ਨੇ ਉਹ ਕਾਫੀ ਉਹਨਾਂ ਦੀ ਗੰਭੀਰ ਹਾਲਤ ਸੀ ਜਿਨ੍ਹਾਂ ਦੇ ਵਿੱਚੋਂ 2 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਤੇ ਹਜੇ ਤੱਕ ਵੀ ਉਹ ਉਹਨਾਂ ਜ਼ਖਮਾਂ 'ਚੋਂ ਉੱਭਰ ਨਹੀਂ ਸਕੇ ਕਈਆਂ ਦਾ ਇਲਾਜ ਹਜੇ ਤੱਕ ਚੱਲ ਰਿਹਾ ਹੈ ਤਾਂ ਦੂਜੇ ਪਾਸੇ 16 ਮੌਤਾਂ ਵੀ ਹੋਈਆਂ ਸਨ ਜਿਨ੍ਹਾਂ ਦੇ ਵੀ ਪੀੜਤ ਪਰਿਵਾਰਾਂ ਦੇ ਵੱਲੋਂ ਇਸ ਮੌਕੇ ਵੱਖ-ਵੱਖ ਰਿਹਾ ਆਪਣੇ ਪੱਧਰ ਦੇ ਉੱਤੇ ਬਿਆਨ ਵੀ ਦਿੱਤੇ ਜਾ ਰਹੇ ਨੇ ਜਦੋਂ ਵੀ ਜਸਕਿਰਦ ਸਿੰਘ ਸਿੱਧੂ ਦੇ ਕੇਸ ਤੇ ਬਾਰੇ ਕੋਈ ਮਾਮਲਾ ਸਾਹਮਣੇ ਆਉਂਦਾ ਤਾਂ ਸਾਰੇ ਹੀ ਪਰਿਵਾਰ ਇਸ ਮੌਕੇ ਹੋਕੇ ਇਸਤੇ ਬਾਰੇ ਬਿਆਨਬਾਜ਼ੀ ਵੀ ਕਰਦੇ ਨੇ ਤੇ ਇਸਤੇ ਆਪਣਾ ਪ੍ਰਤੀਕਰਮ ਵੀ ਦਿੰਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਅਧਿਕਾਰੀਆਂ ਦੇ ਵੱਲੋਂ ਇਸਤੇ ਕੀ ਫੈਸਲਾ ਲਿਆ ਜਾਂਦਾ ਪਰ ਫਿਲਹਾਲ ਤਾਂ ਜਸਕਿਰਦ ਸਿੰਘ ਸਿੱਧੂ ਦੇ ਵਾਸਤੇ ਇਹ ਮੰਗ ਕੀਤੀ ਗਈ ਹੈ ਉਸਤੇ ਵਕੀਲ ਵੱਲੋਂ ਕਿ ਉਸ ਨੂੰ ਡਿਪੋਰਟ ਨਾ ਕੀਤਾ ਜਾਵੇ